हाँ जी करिए शुरू फिर। चलो तो पहला जिहड़ा अपना टॉपिक है अपने कोल सारी फिजिक्स दे विच अपने कोल है की कुछ आह अपना सारा सिलेबस है। आपां गल करिए पहला चैप्टर है अपना मोशन, एक चैप्टर है फोर्स वर्क एनर्जी ते एक साउंड ते एक ग्रेविटेशन। ये चैप्टर ने 9th क्लास फोर्स मोशन वर्क ते एनर्जी साउंड ते नाल ग्रेविटेशन। ठीक है आह पांच टॉपिक हां हुन राजे हुन चेक करियो जे हुन म्यूट हो गए सारे राजे म्यूट हो गए सारे। ठीक है जी चलो ठीक है जी। ते 10th दे विच अपने कोल राजे दो तीन चैप्टर ने एक इलेक्ट्रिसिटी है ते एक लाइट है। बस 10th दे विच अपने कोल एवें समझो दो ही चैप्टर ने इलेक्ट्रिसिटी है ते लाइट है। इलेक्ट्रिसिटी दे नाल ही मैगनेटिज्म हो जाएगा ते लाइट दे नाल ह्यूमन आई हो जाएगा। बस आह इन्नी फिजिक्स है 10th दी। ਆਪਾਂ ਹਾਰਡਲੀ ਨਾ ਜ਼ਿਆਦਾ ਤੋਂ ਜ਼ਿਆਦਾ ਵੀ ਟਾਈਮ ਲਾਈਏ ਤਾਂ 12 ਤੋਂ 15 ਦਿਨਾਂ ਦੇ ਵਿੱਚ ਫਿਜ਼ਿਕਸ ਹੋ ਜਾਏਗੀ। ਪਰ ਰਾਜੇ ਇੱਕ ਚੀਜ਼ ਪੱਕੀ ਹੈ ਤੁਹਾਨੂੰ ਆਪ ਨੂੰ ਨਾਲ ਧਿਆਨ ਰੱਖਣਾ ਪਏਗਾ। ਤੁਹਾਨੂੰ ਆਪ ਨੂੰ ਡੇਲੀ ਦਾ ਡੇਲੀ ਕੰਮ ਕਰਨਾ ਪਏਗਾ ਚਾਹੇ ਕਲਾਸ ਕੋਸ਼ਿਸ਼ ਕਰੋ ਲਾਈਵ ਲਾਓ। ਲਾਈਵ ਨਹੀਂ ਲਾ ਸਕਦੇ ਤਾਂ ਰਿਕਾਰਡਿਡ ਜ਼ਰੂਰ ਲਾਓ। ਕੋਸ਼ਿਸ਼ ਕਰੋ ਵੀ ਲਾਈਵ ਨਹੀਂ ਤਾਂ ਫਿਰ ਰਿਕਾਰਡਿਡ ਜ਼ਰੂਰ ਸੁਣੋ। ਠੀਕ ਹੈ ਜੀ ਹਾਂਜੀ ਕਰੀਏ ਸ਼ੁਰੂ ਫਿਰ ਆਪਣਾ ਪਹਿਲਾ ਟੋਪਿਕ ਮੋਸ਼ਨ ਯਾਨੀ ਗਤੀ। ਰਾਜੇ ਕਲਾਸ 9th ਦਾ ਟੋਪਿਕ ਹੈ ਮੋਸ਼ਨ। ਮੋਸ਼ਨ ਮਤਲਬ ਗਤੀ। ਹੁਣ ਕੀ ਹੁੰਦਾ ਹੈ ਜਦੋਂ ਵੀ ਗਤੀ ਕੀ ਹੁੰਦੀ ਹੈ ਜਦੋਂ ਵੀ ਕੋਈ ਵੀ ਵਸਤੂ ਕਿਸੇ ਖਾਸ ਬਿੰਦੂ ਦੇ ਅਨੁਸਾਰ ਸਮੇਂ ਦੇ ਨਾਲ ਆਪਣੀ ਜਗ੍ਹਾ ਬਦਲਦੀ ਹੈ ਤਾਂ ਆਪਾਂ ਉਹਨੂੰ ਕੀ ਕਹਿੰਦੇ ਹਾਂ ਗਤੀ। ਉਹਨੂੰ ਕੀ ਕਹਿੰਦੇ ਹਾਂ ਗਤੀ ਯਾਨੀ ਕਿ ਉਹ ਓਬਜੈਕਟ ਉਹ ਵਸਤੂ ਗਤੀ ਕਰ ਰਹੀ ਹੈ। ਇਫ ਪੋਜੀਸ਼ਨ ਆਫ ਐਨੀ ਓਬਜੈਕਟ ਚੇਂਜਿਸ ਵਿਦ ਦ ਪੈਸੇਜ ਆਫ ਟਾਈਮ ਵਿਦ ਰਿਸਪੈਕਟ ਟੂ ਅ ਪੁਆਇੰਟ ਦੈਟ ਇਜ਼ ਉਹਨੂੰ ਆਪਾਂ ਕੀ ਕਹਾਂਗੇ ਮੋਸ਼ਨ ਕਹਾਂਗੇ। ਉਸ ਚੀਜ਼ ਨੂੰ ਆਪਾਂ ਕੀ ਕਹਾਂਗੇ ਮੋਸ਼ਨ ਕਹਾਂਗੇ। ਤੇ ਜੇਕਰ ਕੋਈ ਵਸਤੂ ਆਪਦੀ ਪੋਜੀਸ਼ਨ ਨਹੀਂ ਬਦਲ ਰਹੀ ਤੇ ਉਹਨੂੰ ਆਪਾਂ ਕੀ ਕਹਾਂਗੇ ਰੈਸਟ। ਉਹਨੂੰ ਆਪਾਂ ਕੀ ਕਹਾਂਗੇ ਰੈਸਟ। ਅਗਰ ਕੋਈ ਵਸਤੂ ਆਪਦੀ ਜਗ੍ਹਾ ਨਹੀਂ ਬਦਲ ਰਹੀ ਤਾਂ ਆਪਾਂ ਉਸ ਚੀਜ਼ ਨੂੰ ਕੀ ਕਹਾਂਗੇ ਰੈਸਟ ਕਹਾਂਗੇ। ਆਪਾਂ ਉਸ ਚੀਜ਼ ਨੂੰ ਕੀ ਕਹਾਂਗੇ ਵਿਰਾਮ ਅਵਸਥਾ। ਰਾਜੇ ਜਮਾਂ ਬੇਸਿਕ ਤੋਂ ਸਟਾਰਟ ਕਰਨ ਲੱਗਿਆ ਫਿਜ਼ਿਕਸ ਜਮਾਂ ਜ਼ੀਰੋ ਲੈਵਲ ਤੋਂ। ਠੀਕ ਹੈ ਕਿਸੇ ਨੂੰ ਚਾਹੇ ਜਿੰਨਾ ਵੀ ਆਉਂਦਾ ਜਿਵੇਂ ਵੀ ਆਉਂਦਾ ਆਪਾਂ ਜ਼ੀਰੋ ਤੋਂ ਹੀਰੋ ਤੱਕ ਲੈ ਕੇ ਚੱਲਾਂਗੇ। ਠੀਕ ਹੈ ਜੀ ਬਸ ਬੇਫਿਕਰ ਹੋ ਕੇ ਤੁਸੀਂ ਕਲਾਸ 'ਚ ਬੈਠੋ। ਮੈਨੂੰ ਚਾਹੇ ਘੰਟਾ ਲਾਣੀ ਪਏ ਚਾਹੇ ਡੇਢ ਘੰਟਾ ਲਾਣੀ ਪਏ ਆ ਇੱਕ ਦੋ ਦਿਨਾਂ ਦੇ ਵਿੱਚ ਸੈਟਿੰਗ ਕਰ ਦਿੰਦੇ ਹਾਂ। ਠੀਕ ਹੈ ਜੇ ਮਤਲਬ ਤੁਹਾਡੇ ਕੋਲੋਂ ਕੁਛ ਲੈ ਰਹੇ ਹਾਂ ਤਾਂ ਕੋਸ਼ਿਸ਼ ਕਰਾਂਗੇ ਵੀ ਉਹਦੇ ਬਦਲੇ ਵਿੱਚ ਤੁਹਾਨੂੰ ਓਨਾ ਕੰਟੈਂਟ ਜ਼ਰੂਰ ਦਿੱਤਾ ਜਾਵੇ। ਠੀਕ ਹੈ ਮੈਂ ਕੋਸ਼ਿਸ਼ ਕਰਾਂਗਾ ਜਿੰਨਾ ਮੈਕਸੀਮਮ ਤੋਂ ਮੈਕਸੀਮਮ ਮਟੀਰੀਅਲ ਨਾਲ ਪ੍ਰੋਵਾਈਡ ਕਰਵਾ ਸਕਾਂ। ਠੀਕ ਹੈ ਜੀ ਚਲੋ ਰੈਸਟ ਤੇ ਮੋਸ਼ਨ ਕਲੀਅਰ ਨੇ।
इफ द पोजिशन इज नॉट चेंजिंग, पोजिशन इज नॉट चेंजिंग विद द पैसेज ऑफ टाइम, ता उस चीज नु आपा की कहांगे रेस्ट दे कहांगे, उस चीज नु आपा की कहांगे रेस्ट दे। ठीक है जी, हुण एक चीज दा ध्यान दियो जी, आपा कुछ चीजां दी एग्जांपलां करदे आं। ठीक है, तुसी ये दसना है ओह ऑब्जेक्ट रेस्ट ते ने जा मोशन दे। हां पहला है अर्थ एंड सन, अर्थ सन एक दूजे दे विद रिस्पेक्ट रेस्ट ते ने या मोशन विच ने, अर्थ ते सन एक दूजे दे विद रिस्पेक्ट रेस्ट ते ने या मोशन दे ने। एक दूजे दे विद रिस्पेक्ट रेस्ट ते ने या मोशन ते ने, ता ओह की करदे पए ने मोशन कर, मोशन दे विच ने, कादे विच ने, गति विच ने। हाँ जी, दूसरा टेबल विद रिस्पेक्ट टू फ्लोर, जी एक मेज रुकिया होया, नॉर्मली मेज आप मान के चलते हैं रुकिया होया, मतलब उसकी पोजीशन नहीं चेंज हो रही, तो वो की है रेस्ट दे। हुण तीजी सब तो जरूरी एग्जाम्पल, मेन एग्जाम्पल, टू पैसेंजर्स सिटिंग साइड बाय साइड इन अ मूविंग बस, एक चलती बस दे विच, एक चलती बस विच दो यात्री कट्ठे बैठे ने, ਤਾਂ ਉਹ ਕੀ ਹੋਣਗੇ ਰੈਸਟ ਤੇ ਹੋਣਗੇ ਜਾਂ ਮੈਸ਼ਨ ਮੋਸ਼ਨ ਦੇ ਵਿੱਚ ਹੋਣਗੇ। ਰਾਜੇ ਇੱਕ ਵਾਰੀ ਕਲਾਸ ਲਾਓ, ਉਸ ਤੋਂ ਬਾਅਦ ਜੋ ਵੀ ਹੋਏਗਾ ਡਿਸਕਸ਼ਨ ਕਰ ਲਈ ਜਾਵੇਗੀ। ਹੁਣ ਕੀ ਹੁੰਦਾ ਹੈ ਰਾਜੇ, ਆਹ ਚੀਜ਼ ਨੂੰ ਧਿਆਨ ਵਿੱਚ ਰੱਖੋ, ਰੈਸਟ ਅਤੇ ਮੋਸ਼ਨ दोनों रिलेटिव टर्म्स हैं, दोनों की ने रिलेटिव, मतलब कोई एक चीज दे विद रिस्पेक्ट गति करती हो सकती है, ते दूजी दे विद रिस्पेक्ट की हो सकती है मूव करती हो सकती है। हुण दो यात्री ने, ठीक है, अगर आपां एक दूजे दे विद रिस्पेक्ट वेखिए, एक दूसरे दे अनुसार ਉਹ ਕੀ ਹਨ ਵਿਰਾਮ ਅਵਸਥਾ ਵਿੱਚ। ਓਕੇ ਰਾਜੇ, ਪਿਕਚਰ ਸਹੀ ਸ਼ੋਅ ਨਹੀਂ ਹੋ ਰਹੀ ਰਾਜੇ, ਰਾਜੇ ਨਾ ਮੀਟਿੰਗ ਨੂੰ ਕੱਟ ਕੇ ਦੁਬਾਰਾ ਚਲਾ ਲਓ। ਵਿਰਾਮ ਅਵਸਥਾ ਵਿੱਚ ਹਨ, ਪਰ ਜੇਕਰ ਉਹਨਾਂ ਯਾਤਰੀਆਂ ਨੂੰ ਆਪਾਂ ਬਾਹਰੋਂ ਵੇਖੀਏ, ਬਾਹਰੀ ਕਿਸੇ ਵੀ ਵਸਤੂ ਦੇ ਹਿਸਾਬ ਨਾਲ ਉਹ ਕੀ ਹੋਣਗੇ ਮੋਸ਼ਨ ਵਿੱਚ ਹੋਣਗੇ, ਕਾਹਦੇ ਵਿੱਚ ਹੋਣਗੇ ਮੋਸ਼ਨ ਵਿੱਚ ਹੋਣਗੇ। ਤੇ ਇੱਥੋਂ ਆਪਾਂ ਕੀ ਕਹਿ ਸਕਦੇ ਹਾਂ, ਇੱਕੋ ਹੀ ਚੀਜ਼ ਹੈ, ਇੱਕੋ ਹੀ ਚੀਜ਼ ਹੈ ਵੀ ਦੋ ਯਾਤਰੀ ਇੱਕੋ ਬੱਸ ਦੇ ਵਿੱਚ ਬੈਠੇ ਨੇ, ਠੀਕ ਹੈ, ਇੱਕ ਵਾਰੀ ਉਹ ਆਪਾਂ ਨੂੰ ਇਵੇਂ ਲੱਗਦਾ ਪਿਆ ਹੈ ਰੈਸਟ ਦੇ ਵਿੱਚ ਨੇ, ਦੂਜੀ ਵਾਰੀ ਉਹ ਆਪਾਂ ਨੂੰ ਲੱਗਦਾ ਪਿਆ ਹੈ ਮੋਸ਼ਨ ਦੇ ਵਿੱਚ ਨੇ, ਤਾਂ ਫਰਕ ਕਿਸ ਚੀਜ਼ ਦਾ ਪੈ ਗਿਆ, ਫਰਕ ਕਿਸ ਚੀਜ਼ ਦਾ ਪੈ ਗਿਆ, ਉਹਨਾਂ ਆਪਣਾ ਵੇਖਣ ਦਾ ਨਜ਼ਰੀਆ ਬਦਲ ਗਿਆ, ਮਤਲਬ ਇਹ ਕਿਸੇ ਇੱਕ ਨਜ਼ਰੀਏ ਤੋਂ ਕੋਈ ਚੀਜ਼ ਰੈਸਟ ਦੇ ਵਿੱਚ ਲੱਗਦੀ ਹੋ ਸਕਦੀ ਹੈ, ਕਿਸੇ ਹੋਰ ਨਜ਼ਰੀਏ ਤੋਂ ਉਹੀ ਚੀਜ਼ ਮੋਸ਼ਨ ਤੇ ਲੱਗਦੀ ਪਈ ਹੈ। ਠੀਕ ਹੈ, ਜਿਵੇਂ ਕੋਈ ਬੰਦਾ ਹੈ, ਆਪਾਂ ਮੰਨ ਲਓ ਆਹ ਅਰਥ ਲਈਏ,
ਆਹ ਮੂਨ ਹੈਗਾ ਠੀਕ ਹੈ ਕਿਸੇ ਬੰਦੇ ਨੂੰ ਆਪਾਂ ਰਾਕੇਟ ਤੇ ਚੜਾ ਕੇ ਤੇ ਚੰਨ ਤੇ ਭੇਜਤਾ ਹੁਣ ਚੰਨ ਤੇ ਕੋਈ ਬੰਦਾ ਵੇਖੇ ਠੀਕ ਹੈ ਤਾਂ ਉਹ ਕੀ ਵੇਖੇ ਮਤਲਬ ਇੱਕ ਬੱਸ ਹੈ ਤੇ ਆਪਾਂ ਇੱਕ ਪਰਸਨ ਨੂੰ ਚੰਨ ਤੇ ਭੇਜਿਆ ਠੀਕ ਹੈ ਚੰਨ ਤੋਂ ਕੋਈ ਬੰਦਾ ਵੇਖੇ ਤਾਂ ਉਹਨੂੰ ਕੀ ਲੱਗੇਗਾ ਧਰਤੀ ਤੇ ਸਾਰੀਆਂ ਚੀਜ਼ਾਂ ਹੀ ਰੈਸਟ ਦੇ ਵਿੱਚ ਨੇ ਧਰਤੀ ਤੇ ਸਾਰੀਆਂ ਚੀਜ਼ਾਂ ਹੀ ਰੈਸਟ ਦੇ ਨੇ ਸਿਰਫ ਇੱਕ ਅਰਥ ਮੂਵ ਕਰ ਰਹੀ ਹੈ ਸਿਰਫ ਅਰਥ ਮੂਵ ਕਰ ਰਹੀ ਹੈ ਯਾਨੀ ਕਿ ਜਿਹੜੀ ਧਰਤੀ ਹੈ ਉਹ ਮੋਸ਼ਨ ਵਿੱਚ ਹੈ ਉਹ ਧਰਤੀ ਕੀ ਹੈ ਮੋਸ਼ਨ ਦੇ ਵਿੱਚ ਹੈ ਤੇ ਧਰਤੀ ਉੱਪਰ ਪਈਆਂ ਸਾਰੀਆਂ ਵਸਤੂਆਂ ਵਿਰਾਮ ਅਵਸਥਾ ਵਿੱਚ ਹਨ ਠੀਕ ਹੈ ਪਰ ਹੁਣ ਜਦੋਂ ਆਪਾਂ ਉਹੀ ਚੀਜ਼ ਨੂੰ ਇੱਕ ਬੰਦਾ ਅਰਥ ਤੋਂ ਆ ਕੇ ਵੇਖਦਾ ਹੈ ਤਾਂ ਉਹ ਕੀ ਕਹੇਗਾ ਸਾਰੀਆਂ ਵਸਤੂਆਂ ਕੀ ਕਰ ਰਹੀਆਂ ਨੇ ਗਤੀ ਕਰ ਰਹੀਆਂ ਹਨ ਸਾਰੀਆਂ ਵਸਤੂਆਂ ਗਤੀ ਕਰ ਰਹੀਆਂ ਹਨ ਸਾਰੀਆਂ ਵਸਤੂਆਂ ਕੀ ਕਰ ਰਹੀਆਂ ਹਨ ਗਤੀ ਕਰ ਰਹੀਆਂ ਹਨ ਹਾਂਜੀ ਰਾਜੇ ਤਾਂ ਇੱਥੋਂ ਆਪਾਂ ਕੀ ਹਿਸਾਬ ਲਾ ਸਕਦੇ ਹਾਂ ਰੈਸਟ ਤੇ ਮੋਸ਼ਨ ਕੀ ਹਨ ਰਿਲੇਟਿਵ ਟਰਮਸ ਹਨ ਕੀ ਹਨ ਰਿਲੇਟਿਵ ਟਰਮਸ ਹਨ ਹਾਂਜੀ ਕਲੀਅਰ ਹੈ ਨੀ ਚੀਜ਼ ਰਾਜੇ ਰੈਸਟ ਤੇ ਮੋਸ਼ਨ ਦੀ ਗੱਲ ਸਮਝ ਆ ਗਈ ਹਾਂਜੀ ਰਾਜੇ ਰੈਸਟ ਤੇ ਮੋਸ਼ਨ ਵਾਲੀ ਗੱਲ ਸਮਝ ਆ ਗਈ ਠੀਕ ਹੈ ਜੀ ਚਲੋ ਅੱਗੇ ਚੱਲਦੇ ਹੁਣ ਜਦੋਂ ਕੋਈ ਚੀਜ਼ ਮੂਵ ਕਰਦੀ ਹੈ ਹਾਂ ਦੋਵੇਂ ਇੱਕ ਦੂਜੇ ਦੇ ਰਿਲੇਟਿਵ ਯਾਨੀ ਕਿ ਇੱਕ ਦੂਜੇ ਦੇ ਅਨੁਸਾਰ ਰਿਲੇਟਿਵ ਦਾ ਮਤਲਬ ਹੁੰਦਾ ਹੈ ਅਨੁਸਾਰ ਠੀਕ ਹੈ ਜਾਂ ਜ਼ਿਆਦਾ ਆਪਾਂ ਪੰਜਾਬੀ ਵਾਲੇ ਹਿਸਾਬ ਵਿੱਚ ਲਿਖੀਏ ਤਾਂ ਸੰਬੰਧਿਤ ਮਤਲਬ ਇੱਕ ਦੂਜੇ ਦੇ ਨਾਲ ਸੰਬੰਧਿਤ ਹਨ ਠੀਕ ਹੈ ਪਰ ਰਾਜੇ ਇੱਕ ਚੀਜ਼ ਦਾ ਧਿਆਨ ਰੱਖਿਓ ਜੇ ਮੈਂ ਪੰਜਾਬੀ ਵਿੱਚ ਸਮਝਾ ਦੇਵਾਂਗਾ ਪਰ ਤੁਸੀਂ ਟਰਮਸ ਜ਼ਰੂਰ ਇੰਗਲਿਸ਼ ਵਿੱਚ ਤੁਹਾਨੂੰ ਪਤਾ ਹੋਣ ਕਿਉਂਕਿ ਪੇਪਰ ਵਿੱਚ ਨਾ ਇਵੇਂ ਸਿੱਧਾ ਲਿਖਿਆ ਜਾਂਦਾ ਹੈ ਵੀ ਵਿਲੰਸੀ ਕੀ ਹੁੰਦੀ ਹੈ ਆਈਸੋਟੋਪ ਕੀ ਹੁੰਦੇ ਨੇ ਠੀਕ ਹੈ ਮਤਲਬ ਇੰਗਲਿਸ਼ ਵਾਲੀਆਂ ਟਰਮਸ ਹਾਂ ਰੈਸਟ ਦੇ ਵਿੱਚ ਪੋਜੀਸ਼ਨ ਚੇਂਜ ਨਹੀਂ ਹੁੰਦੀ ਤੇ ਮੋਸ਼ਨ ਦੇ ਵਿੱਚ ਪੋਜੀਸ਼ਨ ਚੇਂਜ ਹੁੰਦੀ ਹੈ ਹਾਂਜੀ ਕਲੀਅਰ ਹੈ ਨੀ ਚੀਜ਼ ਹਾਂਜੀ ਕਲੀਅਰ ਹੈ ਨੀ ਚੀਜ਼ ਠੀਕ ਹੈ ਜੀ ਚਲੋ ਹੁਣ ਆਪਾਂ ਰੈਸਟ ਨਹੀਂ ਪੜ੍ਹਨਾ ਆਪਾਂ ਮੋਸ਼ਨ ਦੇ ਬਾਰੇ ਪੜ੍ਹਨਾ ਆਪਾਂ ਰੈਸਟ ਨਹੀਂ ਪੜ੍ਹਨਾ ਆਪਾਂ ਮੋਸ਼ਨ ਦੇ ਬਾਰੇ ਪੜ੍ਹਨਾ ਗਤੀ ਹੁਣ ਜਦੋਂ ਕੋਈ ਚੀਜ਼ ਗਤੀ ਕਰਦੀ ਹੈ ਤਾਂ ਆਪਾਂ ਨੂੰ ਕਿਵੇਂ ਪਤਾ ਲੱਗਦਾ ਕੋਈ ਚੀਜ਼ ਗਤੀ ਕਰਦੀ ਤਾਂ ਆਪਾਂ ਹੁਣੇ ਹੁਣੇ ਪੜ੍ਹਿਆ ਜਦੋਂ ਕਿਸੇ ਵਸਤੂ ਦੀ ਅਵਸਥਾ ਵਿੱਚ ਪਰਿਵਰਤਨ ਆਉਂਦਾ ਸੋਰੀ ਉਹਦੀ ਅਵਸਥਾ ਵਿੱਚ ਚੇਂਜ ਆਉਂਦਾ ਹੈ ਯਾਨੀ ਕਿ ਉਹ ਕਿਸੇ ਵੀ ਪੁਆਇੰਟ ਦੇ ਅਨੁਸਾਰ ਜਦੋਂ ਕੋਈ ਵੀ ਵਸਤੂ ਕਿਸੇ ਵੀ ਖਾਸ ਦਿਸ਼ਾ ਦੇ ਅਨੁਸਾਰ ਸਮੇਂ ਅਨੁਸਾਰ ਆਪਦੀ ਜਗ੍ਹਾ ਬਦਲਦੀ ਹੈ ਠੀਕ ਹੈ ਹੁਣ ਜਦੋਂ ਕੋਈ ਵਸਤੂ ਆਪਦੀ ਜਗ੍ਹਾ ਬਦਲੇਗੀ ਮੰਨ ਲਓ ਇੱਕ ਓਬਜੈਕਟ ਏ ਹੈ ਜਿਹੜਾ ਇੱਥੇ ਪਿਆ ਸੀ ਹਾਂਜੀ ਕੁਲਵਿੰਦਰ ਸਿੰਘ ਜੀ ਵੈਰੀ ਗੁੱਡ ਈਵਨਿੰਗ ਜੀ ਜਿਹੜਾ ਓਬਜੈਕਟ ਏ ਇੱਥੇ ਪਿਆ ਸੀ ਠੀਕ ਹੈ ਤੇ ਬੀ ਓਬਜੈਕਟ ਇੱਥੇ ਪਿਆ ਜਮਾਂ ਦੋਵੇਂ ਇੱਕ ਦੂਜੇ ਦੇ ਉੱਪਰ ਉੱਪਰ ਪਏ ਨੇ ਦੂਜਾ ਓਬਜੈਕਟ ਆਪਣੇ ਕੋਲ ਆਹ ਇੱਥੇ ਹੈ ਬੀ ਵੀ ਇੱਥੇ ਪਿਆ ਠੀਕ ਹੈ ਜੀ ਉਦੋਂ ਆਪਣੇ ਕੋਲ 9 ਵਜੇ ਸੀ ਉਦੋਂ ਆਪਣੇ ਕੋਲ 9 ਵਜੇ ਸੀ ਠੀਕ ਹੈ ਜੀ ਮੈਂ ਦੋਵਾਂ ਨੂੰ ਇੱਥੇ ਛੱਡ ਕੇ ਚਲਾ ਗਿਆ ਛੱਡਣ ਤੋਂ ਬਾਅਦ ਕੀ ਹੋਇਆ ਥੋੜ੍ਹੇ ਸਮੇਂ ਬਾਅਦ ਠੀਕ ਹੈ ਥੋੜ੍ਹੇ ਸਮੇਂ ਬਾਅਦ ਮੈਂ ਆਇਆ ਤੇ ਹੁਣ ਕੀ ਵੇਖਦਾ ਹਾਂ ਬਈ ਏ ਵੀ ਉੱਥੇ ਪਿਆ ਤੇ ਬੀ ਵੀ ਉੱਥੇ ਪਿਆ ਠੀਕ ਹੈ ਤੇ ਹੁਣ ਟਾਈਮ ਹੋ ਗਿਆ ਮੇਰੇ ਕੋਲ 9:30 ਤਾਂ ਕੀ ਦੱਸ ਸਕਦੇ ਹੋ ਉਹ ਰੈਸਟ 'ਤੇ ਨੇ ਜਾਂ ਮੋਸ਼ਨ 'ਚ ਨੇ ਕੀ ਦੱਸ ਸਕਦੇ ਹੋ ਰੈਸਟ 'ਤੇ ਨੇ ਜਾਂ ਮੋਸ਼ਨ 'ਚ ਨੇ ਉਹ ਕੀ ਨੇ ਰੈਸਟ 'ਤੇ ਬਿਲਕੁਲ ਸਹੀ ਰਾਜੇ ਇਹ ਧਿਆਨ ਰੱਖਿਓ ਜੇ ਉੱਤੇ ਮੋਸ਼ਨ ਲਿਖਿਆ ਤਾਂ ਮਤਲਬ ਇਹ ਨਹੀਂ ਵੀ ਮੋਸ਼ਨ ਆਨਸਰ ਆਏਗਾ ਰੈਸਟ 'ਤੇ ਨੇ ਹੁਣ ਦੂਜੀ ਸਿਚੁਏਸ਼ਨ ਲਈ ਆਪਾਂ ਦੂਜੀ ਸਿਚੁਏਸ਼ਨ ਦੇ ਵਿੱਚ 9 ਵਜੇ ਆਪਣੇ ਕੋਲ ਇੱਕ ਚੀਜ਼ ਇੱਥੇ ਸੀਗੀ
ਤੇ ਦੂਜੀ ਚੀਜ਼ ਇੱਥੇ ਸੀਗੀ। ਠੀਕ ਹੈ, ਥੋੜੇ ਸਮੇਂ ਬਾਅਦ ਹੁਣ ਕੀ ਹੋਇਆ, ਇਹ ਇੱਥੇ ਦੇ ਇੱਥੇ ਹੀ ਪਿਆ, ਜਿਹੜਾ ਬੀ ਹੈ ਉਹ ਇੱਥੇ ਚਲਾ ਗਿਆ। ਠੀਕ ਹੈ, ਤੇ ਸਮਾਂ ਆਪਣੇ ਕੋਲ ਹੋ ਗਿਆ 9:30, ਸਮਾਂ ਆਪਣੇ ਕੋਲ ਹੋ ਗਿਆ 9:30। ਹੁਣ ਦੱਸੋ ਮੋਸ਼ਨ ਹੈ ਕਿ ਰੈਸਟ ਹੈ, ਹੁਣ ਕੀ ਹੈ, ਮੋਸ਼ਨ ਹੈ। ਠੀਕ ਹੈ ਜੀ, ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਇਹ ਮੋਸ਼ਨ ਕਰ ਰਿਹਾ ਕਿ ਬੀ ਮੋਸ਼ਨ ਕਰ ਰਿਹਾ, ਪਰ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਓਬਜੈਕਟ ਬੀ ਓਬਜੈਕਟ ਦੇ ਵਿਦ ਰਿਸਪੈਕਟ ਮੋਸ਼ਨ ਤੇ ਹੈ। ਆਪਾਂ ਇਹ ਕਹਿ ਸਕਦੇ ਹਾਂ ਬੀ ਓਬਜੈਕਟ ਏ ਓਬਜੈਕਟ ਦੇ ਵਿਦ ਰਿਸਪੈਕਟ ਮੋਸ਼ਨ ਵਿੱਚ ਹੈ। ਇੰਨੀ ਗੱਲ ਸਮਝ ਆ ਗਈ ਰਾਜੇ? ਠੀਕ ਹੈ ਜੀ ਰਾਜੇ, ਆਪਾਂ ਇਹ ਨਹੀਂ ਦੱਸ ਸਕਦੇ। ਹੁਣ ਆਪਾਂ ਆਈ ਥੋੜੀ ਦੇਰ ਬਾਅਦ ਆ, ਹੋ ਸਕਦਾ ਬੀ ਪੀ ਏ ਪਿਛੇ ਨੂੰ ਸਰਕ ਗਿਆ ਹੋਵੇ। ਆਪਾਂ ਇਹ ਨਹੀਂ, ਆਪਾਂ ਬਿਨਾਂ ਵੇਖੇ ਨਹੀਂ ਦੱਸ ਸਕਦੇ ਵੀ ਏ ਮੋਸ਼ਨ 'ਚ ਹੈ ਜਾਂ ਬੀ ਮੋਸ਼ਨ 'ਚ ਹੈ, ਪਰ ਆਪਾਂ ਇਹ ਕਹਿ ਸਕਦੇ ਹਾਂ ਏ ਓਬਜੈਕਟ ਬੀ ਦੇ ਵਿਦ ਰਿਸਪੈਕਟ ਮੋਸ਼ਨ ਵਿੱਚ ਹੈ। ਠੀਕ ਹੈ, ਜਾਂ ਫਿਰ ਆਪਾਂ ਇਵੇਂ ਵੀ ਕਹਿ ਸਕਦੇ ਹਾਂ ਬੀ ਓਬਜੈਕਟ ਏ ਦੇ ਵਿਦ ਰਿਸਪੈਕਟ ਮੋਸ਼ਨ ਦੇ ਵਿੱਚ, ਪਰ ਆਪਾਂ ਨੂੰ ਇਹ ਨਹੀਂ ਪਤਾ ਬਈ ਕਿੰਨਾ ਮੂਵ ਕਰਦਾ ਪਿਆ। ਠੀਕ ਹੈ, ਸੋਰੀ ਕਿਹੜਾ ਮੂਵ ਕਰਦਾ ਪਿਆ। ਹਾਂਜੀ, ਤਾਂ ਪਹਿਲਾਂ ਇਹ ਦੱਸੋ ਰੈਸਟ ਤੇ ਮੋਸ਼ਨ ਕਲੀਅਰ ਹੋ ਗਿਆ ਰਾਜੇ? ਰੈਸਟ ਤੇ ਮੋਸ਼ਨ ਕਲੀਅਰ ਹੋ ਗਿਆ ਰਾਜੇ? ਠੀਕ ਹੈ ਜੀ, ਹੁਣ ਕੀ ਹੈ, ਹੁਣ ਧਿਆਨ ਦਿਓ, ਹੁਣ ਆਪਾਂ ਨੂੰ ਕੀ ਪਤਾ ਲੱਗਿਆ ਵੀ ਕਿੰਨਾ ਮੂਵ ਕੀਤਾ। ਹੁਣ ਰਾਜੇ ਜਦੋਂ ਆਪਾਂ ਫਿਜ਼ਿਕਸ ਪੜ੍ਹਦੇ ਹਾਂ ਨਾ, ਫਿਜ਼ਿਕਸ ਜਾਂ ਆਪਾਂ ਸਾਇੰਸ ਪੜ੍ਹਦੇ ਹਾਂ, ਤਾਂ ਸਾਇੰਸ ਦੇ ਵਿੱਚ ਕੀ ਹੁੰਦਾ ਹੈ, ਨੇਚਰ ਤੇ ਨੈਚੁਰਲ ਫੀਨੋਮੀਨਾਸ ਨੂੰ ਕੁਆਲੀਟੇਟਿਵਲੀ ਤੇ ਕੁਆਂਟੀਟੇਟਿਵਲੀ। ਕੁਆਲਿਟੀ ਮਤਲਬ ਇੱਥੇ ਆਪਣੇ ਕੋਲ ਕੁਆਲਿਟੀ ਦਾ ਮਤਲਬ ਹੈ ਵੀ ਉਹ ਚੀਜ਼ ਰੈਸਟ 'ਚ ਹੈ ਜਾਂ ਮੋਸ਼ਨ 'ਚ ਹੈ, ਤੇ ਕੁਆਂਟਿਟੀ ਦਾ ਮਤਲਬ ਕਿੰਨਾ। ਆਪਾਂ ਕਿਸੇ ਚੀਜ਼ ਦੇ ਮੋਸ਼ਨ ਨੂੰ ਸਹੀ ਸਟੱਡੀ ਉਦੋਂ ਹੀ ਕਰ ਸਕਦੇ ਜਦੋਂ ਆਪਾਂ ਨੂੰ ਪਤਾ ਲੱਗੇਗਾ ਵੀ ਕਿਹੜਾ ਓਬਜੈਕਟ ਕਿੰਨਾ ਮੂਵ ਕੀਤਾ। ਹੁਣ ਜਦੋਂ ਇਹ ਗੱਲ ਆ ਜਾਂਦੀ ਹੈ ਬਈ ਕਿਸੇ ਓਬਜੈਕਟ ਨੇ ਕਿੰਨਾ ਮੂਵ ਕੀਤਾ, ਤਾਂ ਸਭ ਤੋਂ ਪਹਿਲੀ ਗੱਲ ਇਹ ਆਏਗੀ ਬਈ ਆਪਾਂ ਕਹਿੰਦੇ ਨੇ ਕਿੰਨਾ ਮੂਵ ਕੀਤਾ, ਤੇ ਆਪਾਂ ਜਿਹੜੀ ਚੀਜ਼ ਦੀ ਗੱਲ ਕਰਦੇ ਹਾਂ ਉਹਨੂੰ ਕੀ ਕਿਹਾ ਜਾਂਦਾ ਹੈ, ਦੂਰੀ। ਸਭ ਤੋਂ ਪਹਿਲੀ ਟਰਮ ਕੀ ਆਪਾਂ ਜਿਹੜੀ ਮੋਸ਼ਨ ਦੇ ਵਿੱਚ ਪੜ੍ਹਨੀ ਹੈ, ਆਪਾਂ ਕਿਹੜੀ ਪੜ੍ਹਨੀ ਹੈ, ਦੂਰੀ। ਹਾਂਜੀ, ਕਲੀਅਰ ਹੈ ਰਾਜੇ? ਤਾਂ ਆਪਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਡਿਸਟੈਂਸ। ਡਿਸਟੈਂਸ ਮਤਲਬ ਦੂਰੀ। ਦੂਰੀ ਹੁਣ ਕੀ ਹੁੰਦਾ ਹੈ, ਦੂਰੀ ਦਾ ਮਤਲਬ ਹੁੰਦਾ ਹੈ ਕਿਸੇ ਵੀ ਵਸਤੂ ਦੁਆਰਾ, ਕਿਸੇ ਵੀ ਵਸਤੂ ਦੁਆਰਾ। ਹਾਂ ਰਾਜੇ ਸਿਮਰ ਜੀ, ਮੈਂ ਦੱਸਦਾ ਹਾਂ, ਜਦੋਂ ਵੀ ਆਪਣੇ ਕੋਲ ਕੋਈ ਵੀ ਇੱਕ ਓਬਜੈਕਟ ਮੂਵ ਕਰਦੀ ਹੈ, ਉਹ ਕਿੰਨਾ ਮੂਵ ਕਰੇ, ਕੋਈ ਓਬਜੈਕਟ ਕਿੰਨਾ ਮੂਵ ਕਰੀ ਇਹ ਦੱਸਣ ਵਾਸਤੇ ਆਪਾਂ ਇੱਕ ਟਰਮ ਯੂਜ਼ ਕਰਦੇ ਹਾਂ, ਇੱਕ ਚੀਜ਼ ਯੂਜ਼ ਕਰਦੇ ਹਾਂ, ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ, ਦੂਰੀ। ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ, ਦੂਰੀ, ਜਿਹੜੀ ਇਹ ਦੱਸਦੀ ਹੈ ਬਈ ਇੱਕ ਓਬਜੈਕਟ ਕਿੰਨਾ ਮੂਵ ਕਰੀ। ਹਾਂਜੀ ਸਿਮਰ ਜੀ, ਕਲੀਅਰ ਹੋਈ? ਆਪਣੇ ਗਤੀ ਸਮੇਂ ਦੌਰਾਨ ਤੈਅ ਕੀਤਾ ਗਿਆ ਰਸਤਾ, ਕਿਸੇ ਵੀ ਵਸਤੂ ਦੁਆਰਾ ਆਪਣੇ ਇਕਾਈ ਆਪਣੇ ਗਤੀ ਦੇ ਸਮੇਂ ਦੌਰਾਨ ਤੈਅ ਕੀਤਾ ਗਿਆ ਰਸਤਾ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਡਿਸਟੈਂਸ। ਠੀਕ ਹੈ ਜੀ, ਇਟ ਇਜ਼ ਦਾ ਟੋਟਲ ਪਾਥ ਕਵਰਡ ਬਾਏ ਐਨੀ ਓਬਜੈਕਟ ਡਿਊਰਿੰਗ ਇਟਸ ਮੋਸ਼ਨ। ਕਿਸੇ ਵੀ ਵਸਤੂ ਦੁਆਰਾ ਆਪਦੇ ਟੋਟਲ ਮੋਸ਼ਨ ਦੇ ਵਿੱਚ ਤੈਅ ਕੀਤਾ ਗਿਆ ਸਮਾਂ, ਉਹਨੂੰ ਆਪਾਂ ਕੀ ਕਹਾਂਗੇ, ਉਹਨੂੰ ਆਪਾਂ ਕੀ ਕਹਾਂਗੇ, ਦੂਰੀ। ਹਾਂਜੀ ਰਾਜੇ, ਦੂਰੀ ਸਮਝ ਆ ਗਈ ਕੀ ਹੁੰਦੀ ਹੈ? ਰਾਜੇ ਡਿਸਟੈਂਸ ਸਮਝ ਆਇਆ? ਹਾਂਜੀ, ਹੁਣ ਉਸ ਤੋਂ ਬਾਅਦ ਹੈ ਡਿਸਟੈਂਸ ਨੂੰ ਮਾਪਣ ਵਾਸਤੇ ਇਕਾਈ।
डिस्टेंस नूं मापण लई इकाई, दूरी नूं आपां कादे च मापदे आं, दूरी नूं मापण दी इकाई डिस्टेंस दे यूनिट। ਰਾਜੇ ਆਵਾਜ਼ ਆ ਰਹੀ ਹੈ ਹੁਣ? ਸੋਰੀ ਰਾਜੇ, ਹੁਣ ਆਵਾਜ਼ ਆ ਰਹੀ ਹੈ? ਠੀਕ ਹੈ ਜੀ। ਡਿਸਟੈਂਸ ਨੂੰ ਮਾਪਣ ਦੇ ਇਕਾਈ, ਡਿਸਟੈਂਸ ਨੂੰ ਮਾਪਣ ਦੀਆਂ ਕਈ ਸਾਰੀਆਂ ਇਕਾਈਆਂ ਨੇ ਰਾਜੇ। ਕੁਝ ਬੰਦੇ ਡਿਸਟੈਂਸ ਨੂੰ ਫੋਟੇ ਚ ਮਾਪਦੇ ਨੇ, ਕੁਝ ਡਿਸਟੈਂਸ ਨੂੰ ਮੀਟਰੇ ਚ ਮਾਪਦੇ ਨੇ, ਠੀਕ ਹੈ, ਕੁਝ ਸੈਂਟੀਮੀਟਰੇ ਚ ਮਾਪਦੇ ਨੇ, ਠੀਕ ਹੈ, ਕੁਝ ਕਿਲੋਮੀਟਰ ਦੇ ਵਿੱਚ ਮਾਪਦੇ ਨੇ, ਠੀਕ ਹੈ। ਹੋਰ ਆਪਾਂ ਕਿਹੜੇ ਯੂਨਿਟ ਨੋਰਮਲੀ ਯੂਜ਼ ਕਰਦੇ ਹਾਂ? ਮੀਟਰ, ਸੈਂਟੀਮੀਟਰ, ਕਿਲੋਮੀਟਰ, ਫੁੱਟ, ਨੋਰਮਲੀ ਆਹੀ ਯੂਜ਼ ਕਰੇ ਜਾਂਦੇ ਨੇ। ਅਲੱਗ ਅਲੱਗ ਬੰਦਿਆਂ ਕੋਲ ਅਲੱਗ 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 ਤਰੀਕੇ ਹੁੰਦੇ ਨੇ, ਠੀਕ ਹੈ। ਹੁਣ ਕੀ ਹੋਇਆ, ਮਤਲਬ ਕੋਈ ਬੰਦੇ ਫੋਟੇ 'ਚ ਮਾਪਣ, ਕੋਈ ਬੰਦੇ ਮੀਟਰ 'ਚ, ਕੋਈ ਸੈਂਟੀਮੀਟਰ 'ਚ, ਕੋਈ ਕਿਲੋਮੀਟਰ 'ਚ। ਪਤਾ ਸਭ ਤੋਂ ਪੁਰਾਣਾ ਯੂਨਿਟ ਕਿਹੜਾ ਹੈ? ਸਭ ਤੋਂ ਪੁਰਾਣਾ ਯੂਨਿਟ, ਬਿਲਕੁਲ ਗਗਨ ਕੰਬੋਜ ਜੀ, ਲਾਈਟ ਈਅਰ ਵੀ ਯੂਨਿਟ ਨੇ। ਸਭ ਤੋਂ ਪੁਰਾਣਾ ਯੂਨਿਟ ਹੁੰਦਾ ਫੁੱਟ, ਠੀਕ ਹੈ। ਹੁਣ ਫੁੱਟ ਬਣਿਆ ਕਿਵੇਂ ਰਾਜੇ? ਜਸਵੀਰ ਕੌਰ ਜੀ ਆਵਾਜ਼ ਨਹੀਂ ਆ ਰਹੀ ਰਾਜੇ, ਜਸਵੀਰ ਕੌਰ ਜੀ ਆਵਾਜ਼ ਨਹੀਂ ਆ ਰਹੀ, ਠੀਕ ਹੈ ਜੀ। ਹੁਣ ਫੁੱਟ ਦੇ ਵਿੱਚ ਕੀ ਹੋਇਆ, ਫੁੱਟ ਨਾ ਇੰਗਲੈਂਡ 'ਚ ਬਣਨਾ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਇੰਗਲੈਂਡ ਵਾਲਿਆਂ ਨੇ ਆਹ ਚੀਜ਼ ਦੀ ਖੋਜ ਕੀਤੀ। ਉਹਨਾਂ ਨੇ ਕੀ ਕਰਿਆ, ਉਹ ਕਹਿੰਦੇ ਵੀ ਆਪਾਂ ਥਾਂ ਥੂੰ ਮਿਲਣੀ ਹੁੰਦੀ ਤੇ ਆਪਾਂ ਨੂੰ ਉਹਦੀ ਸਮੱਸਿਆ। ਉਹਨਾਂ ਨੇ ਕੀ ਕਰਿਆ, ਆਪਦਾ ਇੱਕ ਬਜ਼ੁਰਗ ਸੱਦਿਆ ਜਿਹਨੂੰ ਉਹ ਮੰਨਦੇ ਸੀ, ਇੱਕ ਓਲਡ ਮੈਨ, ਆਪਣੇ ਉਹਦੇ ਨਾਲ ਆਪਾਂ ਬਜ਼ੁਰਗਾਂ ਦੀ ਇੱਜ਼ਤ ਕਰਦੇ ਹਾਂ। ਉਹਨੂੰ ਕਹਿੰਦੇ ਵੀ ਪੈਰਾਂ ਨਾਲ ਨਿਸ਼ਾਨ ਲਾ, ਉਹਨੇ ਦੋ ਕਦਮ ਮਾਰੇ, ਦੋ ਕਦਮਾਂ ਦੇ ਵਿਚਕਾਰ ਜਿੰਨੀ ਜਗ੍ਹਾ ਸੀ ਉਹਨਾਂ ਨੂੰ ਕਹਿ ਦਿੱਤਾ ਫੁੱਟ, ਠੀਕ ਹੈ ਜੀ। ਆਹ ਬਣ ਗਿਆ ਇੱਕ ਫੁੱਟ। ਹੁਣ ਕੀ ਹੋਇਆ ਬਈ, ਉਹ ਕਹਿੰਦੇ ਇੱਕ ਫੁੱਟ ਹੈਗਾ ਆਹ ਥਾਂ, ਉਹਦੇ ਬਰਾਬਰ ਉਹਨਾਂ ਨੇ ਰੱਸੀ ਮਾਪ ਲਈ ਤੇ ਉਹ ਫੁੱਟ ਉਹਨਾਂ ਨੇ ਸਾਰੇ ਇੰਗਲੈਂਡ 'ਚ ਲਾਉਣਾ ਸ਼ੁਰੂ ਕਰਤਾ। ਹੁਣ ਜਿਵੇਂ ਜਿਵੇਂ ਇਹ ਗੱਲ ਬਾਕੀ ਦੇਸ਼ਾਂ ਨੇ ਸੁਣੀ, ਉਹਨਾਂ ਨੇ ਵੀ ਕੀ ਕੀਤਾ, ਆਪਦਾ ਅਲੱਗ ਅਲੱਗ ਫੁੱਟ ਬਣਾ ਲਿਆ, ਅਲੱਗ ਅਲੱਗ ਦੇਸ਼ਾਂ 'ਚ ਅਲੱਗ ਅਲੱਗ ਫੁੱਟ ਚੱਲੀ ਜਾਣ। ਹੁਣ ਕੀ ਸਾਰੇ ਫੁੱਟ ਬਰਾਬਰ ਹੋਣਗੇ? ਸਾਰੇ ਬੰਦਿਆਂ ਦੇ ਦੋ ਪੈਰਾਂ ਦੇ ਵਿਚਕਾਰ ਜਗ੍ਹਾ ਬਰਾਬਰ ਹੋਏਗੀ? ਮਤਲਬ ਇੱਕ ਪਲਾਂਗ ਹੋਗੀ, ਤਾਂ ਆਪਾਂ ਨੂੰ ਪਤਾ ਨਾ ਵੀ ਪਲਾਂਗ ਬਰਾਬਰ ਨਹੀਂ ਹੋਏਗੀ। ਫਿਰ ਉਹ ਕਹਿੰਦੇ ਬਈ ਇਹ ਸਿਸਟਮ ਸਹੀ ਨਹੀਂ ਹੈ, ਇਹਦੀ ਜਗ੍ਹਾ 'ਤੇ ਕੋਈ ਹੋਰ ਸਿਸਟਮ ਬਣਾਉਣਾ ਪੈਣਾ। ਫਿਰ ਉਹਨਾਂ ਨੇ ਇੱਕ ਇੰਟਰਨੈਸ਼ਨਲ ਸਿਸਟਮ ਬਣਾਇਆ ਬਈ ਜਿਹੜਾ ਇੰਟਰਨੈਸ਼ਨਲੀ ਅਸੈਪਟ ਕੀਤਾ ਜਾਵੇ। ਉਸ ਸਿਸਟਮ ਦਾ ਨਾਮ ਉਹਨਾਂ ਨੇ ਰੱਖਿਆ SI ਸਿਸਟਮ, ਜਾਂ ਫਿਰ SI ਯੂਨਿਟ। ਕਿਸੇ ਨੂੰ ਪਤਾ SI ਦੀ ਫੁੱਲ ਫਾਰਮ ਕੀ ਹੁੰਦੀ ਹੈ? SI ਦੀ ਫੁੱਲ ਫਾਰਮ ਹੁੰਦੀ ਹੈ ਸਿਸਟਮੀਆ ਡੀ ਇੰਟਰਨੈਸ਼ਨਲੀ ਆ। ਐਕਚੁਅਲੀ ਇਹ ਫ੍ਰੈਂਚ ਵਰਡ ਹੈ, ਠੀਕ ਹੈ। ਇਹਨੂੰ ਜਦੋਂ ਇੰਗਲਿਸ਼ ਵਿੱਚ ਕਨਵਰਟ ਕਰਦੇ ਤਾਂ ਬਣਦਾ ਹੈ ISU, ਇੰਟਰਨੈਸ਼ਨਲ ਸਟੈਂਡਰਡ ਯੂਨਿਟ, ਇੰਟਰਨੈਸ਼ਨਲ ਸਟੈਂਡਰਡ ਯੂਨਿਟ, ਇੰਟਰਨੈਸ਼ਨਲ ਸਟੈਂਡਰਡ ਯੂਨਿਟ।
ਉਹ ਕਹਿੰਦੇ ਇਹਦੇ ਇੱਕ ਇੰਟਰਨੈਸ਼ਨਲ ਸਟੈਂਡਰਡ ਯੂਨਿਟ ਬਣਾਏ ਜਾਣ, ਤਾਂ ਇੰਟਰਨੈਸ਼ਨਲ ਸਟੈਂਡਰਡ ਯੂਨਿਟ ਦੇ ਵਿੱਚ SI ਯੂਨਿਟ ਆਏ ਤੇ SI ਯੂਨਿਟ ਦੇ ਵਿੱਚ ਉਹਨਾਂ ਨੇ ਸਭ ਉਹਨਾਂ ਨੂੰ ਜਿਹੜੇ ਸਹੀ ਲੱਗੇ। ਉਹ ਕਹਿੰਦੇ ਨਾ ਤੇ ਜ਼ਿਆਦਾ ਵੱਡਾ ਹੋਵੇ ਤੇ ਨਾ ਜ਼ਿਆਦਾ ਛੋਟਾ ਹੋਵੇ। ਹੁਣ ਸੈਂਟੀਮੀਟਰ ਬੜਾ ਛੋਟਾ ਹੁੰਦਾ ਤੇ ਕਿਲੋਮੀਟਰ ਕੀ ਹੁੰਦਾ ਵੱਡਾ ਹੁੰਦਾ। ਤਾਂ ਉਹ ਕਹਿੰਦੇ ਇੱਕ ਵਿੱਚ ਵਿਚਕਾਰ ਜੇ ਯੂਨਿਟ ਯੂਜ਼ ਕਰ ਲਏ ਜਾਣ ਕਿਹੜੇ ਮੀਟਰ, ਠੀਕ ਹੈ। ਫੁੱਟ ਕਿਉਂ ਨਹੀਂ ਪਸੰਦ ਆਏ, ਕਿਉਂਕਿ ਫੁੱਟ ਕੋਈ ਲੌਜੀਕਲ ਨਹੀਂ ਸੀ, ਅਲੱਗ ਅਲੱਗ ਫੁੱਟ ਦੀ ਅਲੱਗ ਅਲੱਗ ਵੈਲਿਊ ਹੋਈ। ਤਾਂ SI ਯੂਨਿਟ ਆਫ SI ਯੂਨਿਟ ਆਫ ਡਿਸਟੈਂਸ ਕੀ ਹੋਣਗੇ ਮੀਟਰ, SI ਯੂਨਿਟ ਕੀ ਹੋਣਗੇ ਮੀਟਰ। ਆਹ ਰਾਜੇ ਯਾਦ ਰੱਖ ਲਿਓ ਜੇ, SI ਯੂਨਿਟ ਕੀ ਹੋਣਗੇ ਮੀਟਰ। ਹਾਂਜੀ ਸਮਝ ਆਈ ਰਾਜੇ? ਚਲੋ ਇੱਕ ਛੋਟਾ ਜਿਹਾ ਕੁਐਸਚਨ ਕਰੋ ਫਿਰ। ਇੱਕ ਬੰਦਾ ਏ ਪੁਆਇੰਟ ਤੋਂ ਚੱਲਦਾ ਹੈ ਬੀ ਪੁਆਇੰਟ ਤੇ, ਬੀ ਪੁਆਇੰਟ ਤੋਂ ਚੱਲਦਾ ਹੈ ਸੀ ਪੁਆਇੰਟ ਤੇ, ਸੀ ਪੁਆਇੰਟ ਤੋਂ ਚੱਲਦਾ ਹੈ ਡੀ ਪੁਆਇੰਟ ਤੇ ਡੀ ਪੁਆਇੰਟ ਤੋਂ ਚੱਲਦਾ ਈ ਪੁਆਇੰਟ ਤੇ, ਠੀਕ ਹੈ। ਆਹ ਡਿਸਟੈਂਸ ਹੈਗਾ 10 ਮੀਟਰ, ਆਹ ਹੈਗਾ 12 ਮੀਟਰ, ਆਹ ਹੈਗਾ 14 ਮੀਟਰ, ਆਹ ਹੈਗਾ 8 ਮੀਟਰ। ਦੱਸੋ ਏ ਤੋਂ ਲੈ ਕੇ ਸੀ ਤੱਕ ਕਿੰਨਾ ਡਿਸਟੈਂਸ ਕਵਰ ਕੀਤਾ, ਕਿੰਨਾ ਡਿਸਟੈਂਸ ਕਵਰ ਕੀਤਾ, ਕਿੰਨਾ ਡਿਸਟੈਂਸ ਕਵਰ ਹੋਇਆ? ਕਿੰਨਾ ਡਿਸਟੈਂਸ ਕਵਰ ਕੀਤਾ? 44 ਮੀਟਰ। ਕਿੰਨਾ ਡਿਸਟੈਂਸ ਕਵਰ ਕੀਤਾ? 44 ਮੀਟਰ। ਹਾਂਜੀ ਰਾਜੇ ਇੰਨੀ ਗੱਲ ਕਲੀਅਰ ਹੈ? ਰਾਜੇ ਏ ਤੋਂ ਈ ਤੱਕ, ਠੀਕ ਹੈ ਜੀ। ਚਲੋ ਅਗਲਾ ਕੁਐਸਚਨ ਹੈ, ਹਾਂਜੀ ਅੱਗੇ ਕੁਐਸਚਨ ਹੈ ਓਬਜੈਕਟਿਵ ਟਾਈਪ। ਦਾ ਪਾਥ ਲੈਂਥ ਟਰੈਵਲਡ ਬਾਏ ਆ ਬੋਡੀ ਇਨ ਆ ਗਿਵਨ ਟਾਈਮ ਇੰਟਰਵਲ ਇਜ਼ ਨੋਨ ਐਜ਼। ਕਿਸੇ ਵੀ ਇੱਕ ਦਿੱਤੇ ਸਮੇਂ ਦੇ ਅੰਤਰਾਲ ਵਿੱਚ ਕਿਸੇ ਵਸਤੂ ਦੁਆਰਾ ਟੋਟਲ ਤੈਅ ਕੀਤੀ ਗਈ ਮਾਰਗ ਦੀ ਲੰਬਾਈ ਨੂੰ ਕੀ ਕਿਹਾ ਜਾਂਦਾ ਹੈ? ਡਿਸਟੈਂਸ। ਕੀ ਕਹਿੰਦੇ ਹਾਂ? ਡਿਸਟੈਂਸ ਮਤਲਬ ਦੂਰੀ, ਡਿਸਟੈਂਸ ਮਤਲਬ ਦੂਰੀ, ਠੀਕ ਹੈ ਜੀ। ਓਕੇ ਅਗਲਾ ਕੁਐਸਚਨ ਹੈ, ਵਟ ਵਿਲ ਬੀ ਦਾ, ਚਲੋ ਆਹ ਕੁਐਸਚਨ ਲਿਖਿਆ ਲਿਖਾਇਆ ਹੈ ਆਪਣੇ ਕੋਲ। ਇੱਥੇ ਮੰਨ ਲਓ ਆਪਣੇ ਕੋਲ ਲਿਖਿਆ ਹੋਵੇ ਡਿਸਟੈਂਸ, ਠੀਕ ਹੈ। ਇੱਥੇ ਆਪਣੇ ਕੋਲ ਲਿਖਿਆ ਹੋਵੇ ਦੂਰੀ, ਤੇ ਕੀ ਆਨਸਰ ਆਵੇਗਾ? ਇੱਕ ਵਟ ਵੁੱਡ ਬੀ ਦਾ ਡਿਸਟੈਂਸ ਆਫ ਦਾ ਪਾਰਟੀਕਲ ਮੂਵਿੰਗ ਇਨ ਆ ਸਰਕੂਲਰ ਪਾਥ ਆਫ ਆ ਰੇਡੀਅਸ ਆਰ ਆਫਟਰ ਆ ਹਾਫ ਸਾਈਕਲ, ਅੱਧੇ ਚੱਕਰ ਤੋਂ ਬਾਅਦ ਉਹਦੀ ਦੂਰੀ ਕੀ ਹੋਵੇਗੀ? ਅੱਧੇ ਚੱਕਰ ਤੋਂ ਬਾਅਦ ਰਾਜੇ ਪੂਰੇ ਇੱਕ ਚੀਜ਼ ਇੱਥੋਂ ਚੱਲਣੀ ਸ਼ੁਰੂ ਕੀਤੀ ਜਦੋਂ ਰਾਜੇ ਆਹ ਇੱਕ ਫੋਰਮੂਲਾ ਧਿਆਨ ਰੱਖਿਓ ਜੀ, ਜਦੋਂ ਵੀ ਕੋਈ ਵੀ ਵਸਤੂ ਚੱਕਰ ਵਿੱਚ ਗਤੀ ਕਰਦੀ ਹੈ ਤਾਂ ਦੂਰੀ ਉਸ ਦੇ ਪਰਿਮਾਪ ਦੇ ਬਰਾਬਰ ਹੁੰਦੀ ਹੈ। ਪਰਿਮਾਪ ਦੇ ਬਰਾਬਰ ਹੁੰਦੀ ਹੈ ਤੇ ਇੱਕ ਚੱਕਰ ਦਾ ਪਰਿਮਾਪ ਕਿੰਨਾ ਹੁੰਦਾ ਹੈ? 2πr, ਤੇ ਪਾਈ ਦੀ ਵੈਲਿਊ ਚਾਹੇ 2/7 ਪਰ ਦਿਓ ਤੇ ਚਾਹੇ 3.14, ਤੇ ਹੁਣ ਉਹਨਾਂ ਨੇ ਕੀ ਕਿਹਾ? ਅੱਧਾ ਚੱਕਰ। ਅੱਧਾ ਚੱਕਰ ਦਾ ਮਤਲਬ, ਅੱਧੇ ਚੱਕਰ ਦਾ ਮਤਲਬ 2 ਨਾਲ ਭਾਗ ਕਰ ਦੇਣਾ, 2/2, 2 ਨਾਲ 2 ਕੱਟਿਆ ਗਿਆ ਤੇ ਪਾਈ ਆਰ, ਠੀਕ ਹੈ ਜੀ। ਚਲੋ ਇੱਕ ਮੰਨ ਲਓ ਇੱਕ ਚੱਕਰ ਜਿਸ ਦਾ ਵਿਆਸ, ਇੱਕ ਚੱਕਰ ਜਿਸ ਦਾ ਵਿਆਸ ਮਤਲਬ ਡਾਇਆਮੀਟਰ
14 मीटर है, एक चक्कर विच किन्नी दूरी तय कीती जावेगी। लो राजे पीछे कर देना सुखमनप्रीत जी, ये तुहानू एवें राजे एज इट इज लिखिया लिखाया मिल जाएगा। हाँ जी, तो आप एक चक्कर च किन्नी होएगी, जिन्ना चक्कर का परिमाप है, परिमाप दो गुणा पाई गुणा आर, दो गुणा बाई बटा सत गुणा आर। राजे रेडियस, जेकर व्यास अपने कोल 14 है तो अर्ध व्यास किन्ना होएगा, सत। किवें पता लग्या? अरे अद्धा हुंदा है सर जी, सानू पता है किन्ना हुंदा है, अद्धा हुंदा है। सत बेचारा बड़ा चंगा हुंदा सी पर कट्टिया गया, आपस च लड़नगे तो मरनगे। राजे आपस च कदे नहीं लड़ना चाहिए, सत सत लड़े तो कट्टे गए, मगर किन्ना बचिया? 2 × 22 मतलब 44 मीटर। ठीक है राजे, नुमेरी नूरिकल तो डरना नहीं है हुण, आपां कोई चक्कर नहीं है, नुमेरिकल मैं करवाऊंगा, तुसीं करन वाले बणिओ। ओके राजे, न्यूमेरिकल रिपीट कर देना मैं राजे। मैं राजे लास्ट वाला न्यूमेरिकल रिपीट करदा राजे, आराम नाल रिपीट कर करके चलांगे, टेंशन ना लो राजे, बेफिक्र रहो न्यूमेरिकल्स दी, टेंशन ना लो। आप डेली 2 घंटे की क्लास कर देंगे साइंस दी। ठीक है जी राजे, क्वेश्चन दे विच उन्होंने पूछा सी, एक परसन इस पॉइंट तो चलना शुरू करता है, अगर तक इतने तक गया, ठीक है जी, तो एक चक्कर विच किन्नी दूरी तय की, एक चक्कर विच जिन्नी दूरी तय की ओदे परिमाप दे बराबर होएगी, तो एक चक्कर दे परिमाप दा फार्मूला, चक्कर दे परिमाप दा फार्मूला 2πr, 2 एज इट इज, पाई दी वैल्यू 22/7, ते आर रेडियस। हुण राजे जेकर व्यास 14 है ते अर्ध व्यास 7 होएगा, 7 नाल 7 कट्टिया गया, 2 × 22 44 मीटर, किन्ना आ गया राजे? 44 मीटर। हाँ जी राजे, क्लियर है नी चीज? हाँ जी राजे, क्लियर है नी चीज? हाँ जी राजे, अंजलि जी बायो तुसी, राजे बायो मैं नहीं करवाई, ठीक है, बायो मैम ने करवाई सी।
हाँ जी राजे हुण मैं करवाऊंगा राजे, नहीं हुण भी मैडम ही करवाउणगे बायो राजे, मैं आ राजे पेड बैच च मैं ही करवाऊंगा राजे, थोड़ा जिहा टाइम दी दिक्कत सीगी राजे। मैडम ने वधिया तां करवाई है कि नहीं वधिया करवाई राजे? ओके पेमेंट राजे, पेमेंट वैसे लैनी शुरू नहीं की थी, तुसी इस नंबर ते कॉन्टैक्ट कर सकते हो, ठीक है जी? पेमेंट भी ले लैने यार, हौसला रखो माड़ा जा, कुछ थोड़ा बहुत तो पेमेंट जिन्ना करता लैन दो, ठीक है? तीन दिन डैमो ने, बेफिक्र होके क्लासा लाओ, पढ़न दे ध्यान दो यार, पेमेंट भी ले लूंगा मैं आपे ही, ठीक है जी? चलो राजे सिलेबस महीने च कंप्लीट करवा देंगे, टेंशन ना लो। ओ पहू मेरे तो वधिया वधिया टीचर ने, तुहानू चंगे टीचर लिया के देंगे, टेंशन ना लो, ठीक है? आ मैथ वाले सर पता है किनिया मिन्नता करके मैथ वाले सर लैके आए, रिकॉर्डेड वास्ते तुहानू ऐप देंगे जी, रिकॉर्डेड वास्ते तुहानू ऐप देंगे, बेफिक्र रहो। राजे जसवीर कौर जी टेंशन ना लो, बस तुसी क्लास दे विच ध्यान दिओ भी तुहानू कुछ समझ आ रहा कि नहीं आ रहा, बस जो मर्जी पढ़ाए तुहानू समझ आनी चाहिए, चाहे मैं पढ़ावा, चाहे मैडम पढ़ान, चाहे सर पढ़ान। हाँ हरजीत सैनी जी साडे हुंदे आ टेंशन का दी, बस फिर चलो हुण की हुंदा है जदों आपां डिस्टेंस लैके चलते हाँ, हुण की हुंदा है राजे? N9ANN जी, मैनू नाम नहीं समझ आ रहा राजे, सारे नू बोल जांदा, मैनू ते आप नू रोज पढ़ के आना पैंदा, तुहानू की लगता है मैनू एज इट इज याद रहिंदा, मैनू ते आप नू पढ़ के आना पैंदा, सारे नू बोल जांदा राजे, अपनी ह्यूमन टेंडेंसी नैचुरल, आपां नैचुरली एवें दे आ। चलो हुण की हुंदा है, मन लो राजे आपां डिस्टेंस की गल करिए, मन लो और राजे मैं आप करवा देंगे, टेंशन ना लो। डिस्टेंस मतलब दूरी, हुण आपां दूरी दे मसले ते गल करिए, तां मन लो मैं इत्थे खड़ा, ठीक है? मेरा एक दोस्त इत्थे खड़ोता है बी, ठीक है जी? आ हो गया ए, आ हो गया बी, ठीक है? ए ते बी अपने दो बंदे ने जिन्हां नूं आपां काम वास्ते रख्या होया, इन्हां कोल आपां छोटा मोटा काम करवांदे हां, ठीक है जी? आप इन्हों को छोटा मोटा काम करवा दे। हुण ए ने बी नू फोन किया, ए बी नू ए कहता है बई, बी कहता भी ए ने बी नू भेजा भी तू कितों कोई समान लैके आना है, तो बी कहता भी हुण मैं वापसी आना चाहना तो किवें आवा, तो ए कहता है भी तू मेरे तो 50 मीटर दूर है, ठीक है? ए कहिंदा बी नू तू मेरे तो 50 मीटर दूर है, तू 50 मीटर चल तो मेरे को पहुंच जाएगा, ठीक है जी? बी बेचारा भोला बंदा सी, ठीक है, उन्हें 50 मीटर तुरना शुरू करता वो इधर नू, ठीक है, उन्हें अपनी घड़ी ते डिस्टेंस वेख्या तो 50 मीटर चल गया। हुण बी कहिंदा भी, बी ने इत्थे पहुंच के उन्हूं फोन किया, कहिंदा भी हाँ जी ए जनाब आप 50 मीटर चल गए तो तुसी आए ही नहीं। ए कहिंदा भी मैं तेरे तो 50 मीटर दूर हाँ, तू एवें मतलब मजाक करता होगा, 50 मीटर चलिया नहीं। बी कहिंदा यार कमाल होगी, तू मेरे ते भरोसा कर, मैं 50 मीटर चलना। हुण ए आपकी जगह सही है, बी आपकी जगह सही है, दोस्तों फर्क किस चीज़ का है? जो आप डिस्टेंस की गल करते हैं ना, तो विच आप दिशा की गल नहीं करते, दिशा दी गल नहीं करते, ते दिशा तो बिना अपनी गति दी जानकारी अधूरी है, गति दी जानकारी अधूरी है, ठीक है? ते इनू पूरा करन वास्ते आपा डिस्टेंस दे नाल एक टर्म होर जोड़दे आ, उनू आपा की कहने आ डायरेक्शन, उनू की कहने आ डायरेक्शन। जदों जदों दूरी दे नाल आपां दिशा दी गल करिए, तां उनू आपां की कहने आ
डिस्प्लेसमेंट आप की कहने हैं, डिस्प्लेसमेंट मतलब विस्थापन। अरे पता है की होंगे, कोई भी चीज इको दिन नहीं बढ़ती, ठीक है। टेक्नोलॉजी का हिसाब लाओ, पहला वह बनते होंगे सी हैंडसैट, जेडे तार नाल जुड़े हुए फोन होंगे सी, ठीक है। फिर उदू बाद की आ गए, कीपैड आ गए, हौली हौली उन्होंने इंप्रूवमेंट की। कीपैड तो फिर की आ गए टच, ते टच तो बाद की आ गया स्मार्टफोन, ठीक है। ये सारा कुछ हौली 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 चलता है। अजे भी आप स्मार्टफोन नाल भी खुश नहीं हाँ, आप स्मार्टफोन नाल भी खुश नहीं, आप चाहते हाँ कुछ होर आए। हाँ जी राजे की हुंदा है, जदों थोड़ा जहा ध्यान दियो जे, जदों राजे दीपिका जी, जदों दूरी दे नाल दिशा की गल की जाए, दूरी दे नाल दिशा की गल की जाए तां उसनू की कहिंदे हन, उसनू विस्थापन कहा जाता है। ठीक है जी। हुण जेकर मन लो इत्थे इन्होंने भले वेले ध्यान रख्या हुंदा बई ए बी नूं ए कहिंदा, जेकर ए बी नूं ए कहिंदा बई तू 50 मीटर आपदे खब्बे पासे आपदे सज्जे पासे, मैं 50 मीटर साउथ ते हैगा, ठीक है, या 50 मीटर नॉर्थ आले पासे हैगा, तां बी ने भज के 50 मीटर बाद उत्थे पहुंच जाना सी, तां आही फर्क हुंदा रहे डिस्टेंस ते डिस्प्लेसमेंट दा। मतलब जदों आप लिखी ना 50 मीटर, रजे आप वेलोसिटी ते पहुंचे ही नहीं, रजे आराम नाल करांगे हौली हौली, टेंशन ना लो। जदों अपने कोल आपां नूं सिंपल दिता ना 50 मीटर, ए बी तो 50 मीटर दूर है, तो आपां की कहांगे, ए कादी गल हो रही है डिस्टेंस दी, आ कादी गल हो रही है डिस्टेंस दी। जे आपां नूं कहे 50 मीटर, 50 मीटर जेकर आपां नूं ए कहे 50 मीटर टूवर्ड नॉर्थ, कोई भी डायरेक्शन लिखी हो रही है, टूवर्ड ईस्ट टूवर्ड वेस्ट, तो मतलब डिस्प्लेसमेंट की गल हो रही है। मतलब डिस्प्लेसमेंट की गल हो रही है। ते राजे एक चीज का माड़ा जहा ध्यान दो, जदों आपां ये कह दिता बई ए ने बी नूं दस्या बई मैं तेरे तो 50 मीटर नॉर्थ वाली साइड खड़ोता, वह सिर्फ इको ही डायरेक्शन बनेगी राजे, आ ही बनेगी, होर बनी नहीं सकती। जो इस डायरेक्शन च जाएगा तो डिस्टेंस बढ़ जाएगा। 50 मीटर विद डायरेक्शन का मतलब ही शॉर्टेस्ट पाथ होएगा, 50 मीटर विद डायरेक्शन का मतलब ही शॉर्टेस्ट पाथ होएगा। ता करके आपां इवें पढ़ा दिता जाता है बई डिस्प्लेसमेंट का मतलब सब तो छोटा रस्ता हुंदा है, डिस्प्लेसमेंट का मतलब सब तो छोटा रस्ता हुंदा है। क्यों हुंदा है? क्योंकि राजे एक डायरेक्शन दे विच इको ही पासे वह छोटा रस्ता होएगा, दूजे पासे जावांगे तो रस्ते बढ़ जाएंगे, लंबाई बढ़ जाएगी, ठीक है जी। इनी गल समझ आ गई राजे, डिस्टेंस से डिस्प्लेसमेंट। राजे जो डायरेक्शन काउंट करी ना वह आपदे आपे ही शॉर्टेस्ट पाथ बन जाना है, जदों डिस्प्लेसमेंट दे विच डायरेक्शन गिनी तो आपदे आपे ही शॉर्टेस्ट पाथ बन जाना है। तो डायरेक्शन हमेशा इको होगी, इको डायरेक्शन कोई बंदा कुछ भी पाथ कवर करता है वो हमेशा एक स्ट्रेट लाइन होंगी है, तो स्ट्रेट लाइन दो पॉइंटां दे विचकार हमेशा ही एक शॉर्टेस्ट डिस्टेंस होंगे है। राजे इनी गल समझ आई कि नहीं आई? राजे इनी गल समझ आई कि नहीं आई? हाँ जी राजे। ਤਾਂ ਆਪਾਂ ਅੱਜ ਕੀ ਕੀਤਾ ਹੈ ਰਾਜੇ, ਡਿਸਟੈਂਸ ਤੇ ਡਿਸਪਲੇਸਮੈਂਟ। ਰਾਜੇ ਅੱਗੇ ਤੋਂ ਆਪਾਂ ਕੀ ਕਰਾਂਗੇ, ਕਲਾਸ ਦੀ ਟਾਈਮਿੰਗ 1.5 ਘੰਟੇ ਦੀ ਰੱਖੀ ਕਰਾਂਗੇ।
ठीक है जी। ਤਾਂ ਅੱਜ ਬਸ ਆਪਾਂ ਡਿਸਟੈਂਸ ਤੇ ਡਿਸਪਲੇਸਮੈਂਟ ਤੱਕ ਹੀ ਕਰਨਾ ਹੈ, ਠੀਕ ਹੈ। ਇਸ ਤੋਂ ਬਾਅਦ ਕਿਉਂਕਿ ਮੈਥ ਦੀ ਕਲਾਸ ਹੈ, ਠੀਕ ਹੈ, ਤਾਂ ਅੱਗੇ ਤੋਂ ਆਪਾਂ ਟਾਈਮ ਥੋੜਾ ਉਸ ਹਿਸਾਬ ਨਾਲ ਮੈਨੇਜ ਕਰ ਲਿਆ ਕਰਾਂਗੇ। ਓਕੇ ਪੂਨਮ ਜੀ, ਕੀ ਚੀਜ਼ ਰਾਜੇ? ਇੱਕ ਵਾਰੀ ਕਲਾਸ ਓਵਰ ਨਹੀਂ ਹੋਣ ਲੱਗੀ ਹੈ, ਸਾਰਾ ਆਪਾਂ ਰਿਵਾਈਜ਼ ਕਰਵਾਉਂਦੇ ਹਾਂ। ਦੂਰੀ ਤੇ ਵਿਸਥਾਪਨ, दूरी ते विस्थापन, ठीक है। दूरी की हुंदी है मतलब कुल किन्ना रस्ता तय किता है, ते विस्थापन की हुंदा है किसे खास दिशा विच, तय की दूरी। हुण दोनों विच सेम की हुंदे ने, दोनों दे एस आई यूनिट, दोवां दे एस आई यूनिट, एस आई यूनिट इहदे भी मीटर हुंदे ने ते इहदे भी मीटर हुंदे ने। हाँ जी, इन्नी गल समझ आ गई राजे? हाँ जी राजे, प्लीज ये दस्सो इन्ना तक किसी नूं कोई डाउट होवे तां। ਹਾਂਜੀ ਰਾਜੇ, ਪਲੀਜ਼ ਕਮੈਂਟ ਕਰਕੇ ਦੱਸਿਓ ਇਹਨਾਂ ਤੱਕ ਕੋਈ ਡਾਊਟ ਹੋਵੇ ਤਾਂ। ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਇੰਨਾ ਹੀ ਕੰਮ ਕਰਨਾ ਹੈ, ਕਿਸੇ ਨੂੰ ਕੋਈ ਵੀ ਡਾਊਟ ਹੋਵੇ ਤਾਂ ਜ਼ਰੂਰ ਦੱਸਿਓ, ਠੀਕ ਹੈ। ਕਿਹੜੀ ਪੋਜ਼ਿਟਿਵ ਹੁੰਦੀ ਹੈ, ਕਿਹੜੀ ਨੈਗੇਟਿਵ ਹੁੰਦੀ ਹੈ, ਆਪਾਂ ਸਾਰਾ ਸਵੇਰੇ ਪੜਾਂਗੇ, ਆਰਾਮ ਨਾਲ ਪੜਾਉਂਗਾ ਰਾਜੇ। ਸਕੇਲਰ ਕਿਹੜੀ ਹੁੰਦੀ, ਵੈਕਟਰ ਕਿਹੜੀ ਹੁੰਦੀ, ਸਭ ਕਲੀਅਰ ਕਰਾਂਗੇ, ਠੀਕ ਹੈ। ਆਪਦੇ ਆਪਦੇ ਰਿਵਿਊਜ਼ ਰਾਜੇ ਜ਼ਰੂਰ ਗਰੁੱਪ ਦੇ ਵਿੱਚ ਸ਼ੇਅਰ ਕਰਿਓ ਜੀ, ਠੀਕ ਹੈ ਰਾਜੇ। ਤੁਸੀਂ ਰਾਜੇ ਕਲਾਸ ਲਵਾਉਣੀ ਹੈ ਮੋਸਟ ਵੈਲਕਮ, ਨਹੀਂ ਲਵਾਉਣੀ ਕੋਈ ਦਿੱਕਤ ਨਹੀਂ ਹੈ, ਪਰ ਰਾਜੇ ਬਾਕੀਆਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੇ, ਤਾਂ ਜੋ ਬਾਕੀਆਂ ਦਾ ਭਲਾ ਹੋ ਸਕੇ, ਠੀਕ ਹੈ ਜੀ। ਵੱਧ ਤੋਂ ਵੱਧ ਸਟੂਡੈਂਟਸ ਤੱਕ ਸ਼ੇਅਰ ਜ਼ਰੂਰ ਕਰਿਓ ਜੇ, ਠੀਕ ਹੈ। ਕਲਾਸ ਦੀ ਟਾਈਮਿੰਗ ਹੋ ਸਕਦਾ ਥੋੜ੍ਹੀ ਉੱਪਰ ਨੀਚੇ ਹੋ ਜਾਵੇ, ਸਾਰੀਆਂ ਤੁਹਾਨੂੰ ਕਲਾਸ ਦੀਆਂ ਰਿਕਾਰਡਿਡ ਮਿਲਣਗੀਆਂ। ਰਾਜੇ ਮੈਥ ਦੀ ਕਲਾਸ 9 ਵਜੇ ਲੱਗੇਗੀ, ਮੈਂ ਲਿੰਕ ਹੁਣੇ ਸ਼ੇਅਰ ਕਰਦਾ, ਠੀਕ ਹੈ। ਇਹਦਾ ਮੈਥ ਦੀ ਕਲਾਸ ਤੇ ਮੈਥ ਵਾਲੇ ਸਰ ਦੀਆਂ ਬੜੀਆਂ ਮਿੰਨਤਾਂ ਕਰਕੇ ਸਰ ਨੂੰ ਮਿਲਾਇਆ ਰਾਜੇ, ਠੀਕ ਹੈ। ਬਹੁਤ ਵਧੀਆ ਮੈਥ ਪੜਾਉਂਦੇ ਨੇ, ਇੱਕ ਵਾਰੀ 3-4 ਦਿਨ ਲਗਾਤਾਰ ਸਰ ਦੀ ਕਲਾਸ ਜ਼ਰੂਰ ਲਾਓ, ਠੀਕ ਹੈ। ਜੇ ਤੁਹਾਨੂੰ ਐਡਜਸਟਮੈਂਟ ਹੁੰਦੀ ਹੈ, ਠੀਕ ਹੈ, ਤਾਂ ਜ਼ਰੂਰ ਕੰਟੀਨਿਊ ਕਰਾਂਗੇ ਆਪਾਂ ਰਾਜੇ, ਠੀਕ ਹੈ। ਤੇ ਸਿਰਫ ਸਾਰੇ ਮਤਲਬ ਸਾਰੀ ਮੈਥ ਤੇ ਸਾਰੇ ਸਾਇੰਸ ਦੀ 1000 ਫੀਸ ਹੈ, ਤਾਂ ਜ਼ਰੂਰ ਰਾਜੇ ਵੱਧ ਤੋਂ ਵੱਧ ਸ਼ੇਅਰ ਕਰੋ, ਠੀਕ ਹੈ ਜੀ। ਓਕੇ ਰਾਜੇ, ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੋਵੇ ਤਾਂ ਰਾਜੇ ਗਰੁੱਪ ਵਿੱਚ ਆਪਦੇ ਰਿਵਿਊਜ਼ ਜ਼ਰੂਰ ਸ਼ੇਅਰ ਕਰਿਓ ਜੀ ਇੱਕ ਵਾਰੀ। ਹਾਂਜੀ ਰਾਜੇ, ਟਾਈਮ ਆਪਾਂ ਬੱਚਿਆਂ ਕੋਲੋਂ ਪੁੱਛ ਕੇ ਹੀ ਰੱਖਾਂਗੇ, ਠੀਕ ਹੈ ਜੀ। ਅੱਜ ਵਾਸਤੇ ਇੰਨਾ ਹੀ, ਸ਼ੁਕਰੀਆ ਜੀ।